ਇਸ ਟਾਈਮ ਵੇਖਣ ਵਾਲਿਆਂ ਲਈ ਅੱਜ ਅਸੀਂ ਫਿਰ ਇੱਕ ਹਲਕਾ ਫੁਲਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਮੇਰੇ ਨਾਲ ਪਰਮਪਾਲ ਸਿੰਘ ਨੇ ਅਤੇ ਤੁਸੀਂ ਸਾਨੂੰ ਦੋਵਾਂ ਨੂੰ ਇਸ ਚੈਨਲ ਰਾਹੀਂ ਵੇਖਦੇ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਅਗਾਂਹ ਹੀ ਪ੍ਰੋਗਰਾਮ ਦੇ ਸ਼ੁਰੂ ਵਿੱਚ ਹੀ ਕਹਿ ਦਈਏ ਕਿ ਜਿਹੜੇ ਜਿਹੜੇ ਸੱਜਣਾਂ ਨੇ ਸਾਨੂੰ ਸਬਸਕ੍ਰਾਈਬ ਕਰ ਲਿਆ, ਘੰਟੀ ਦਾ ਬਟਨ ਦਬਾਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ। ਜਿਹੜੇ ਲੋਕ ਹਜੇ ਨਹੀਂ ਇਸ ਗੱਲ ਨੂੰ ਕਰ ਸਕੇ, ਸਬਸਕ੍ਰਾਈਬ ਨਹੀਂ ਕਰ ਸਕੇ, ਉਹ ਸੱਜਣੋ ਅਸੀਂ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਮਾਤਾਵਾਂ ਨੂੰ ਕਹਾਂਗੇ ਕਿ ਜਿਹੜੇ ਵੀ ਸਾਨੂੰ ਦੇਖਦੇ ਆ, ਅਸੀਂ ਤੁਹਾਡੇ ਲਈ ਤੁਹਾਡੇ ਰੰਗ ਤੁਹਾਡੀ ਬੋਲੀ ਵਿੱਚ ਹੀ ਲਿਆ ਕੇ ਹਾਜ਼ਰ ਹੁੰਦੇ ਹਾਂ। ਬਿਲਕੁਲ, ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਪਰਮਪਾਲ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬ। ਬਲਵੀਰ ਸਿੰਘ ਜੀ, ਇੱਕ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਲਹਿੰਦੇ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਕਾਫੀ ਲੋਕਾਂ ਨੇ ਸਬਸਕ੍ਰਾਈਬ ਕਰ ਲਿਆ ਹੈਗਾ। ਬਿਲਕੁਲ, ਤੇ ਉੱਥੋਂ ਥੋੜੇ ਬਹੁਤੇ ਕਮੈਂਟਸ ਵੀ ਆਉਂਦੇ ਨੇ, ਮਤਲਬ ਥੋੜਾ ਥੋੜਾ ਵੱਧ ਰਿਹਾ ਕੰਮ। ਪਰ ਸਾਡਾ ਮਕਸਦ ਸਿਰਫ ਇਹੀ ਹੈ ਕਿ ਅਸੀਂ ਪੰਜਾਬੀ ਬੋਲੀ ਨੂੰ ਅੱਗੇ ਤੋਰਨ ਦੇ ਲਈ, ਜੀ ਸਾਡੇ ਤੋਂ ਪਹਿਲਾਂ ਵੀ ਸੱਜਣਾ ਮਿੱਤਰਾਂ ਨੇ ਤੋਰਿਆ, ਅਸੀਂ ਵੀ ਅੱਗੇ ਤੋਰਨ ਦੇ ਲਈ ਇਹੀ ਇੱਕ ਸਾਡਾ ਕਦਮ ਹੈ ਜਿਹੜਾ ਅਸੀਂ ਤੁਹਾਡੇ ਨਾਲ ਮਿਲ ਕੇ ਚੱਲਣਾ ਚਾਹੁੰਦੇ ਹਾਂ। ਤੁਹਾਡੀ ਚੰਗੀ ਬੋਲੀ, ਸਾਡੀ ਇਹ ਪੰਜਾਬੀ ਬੋਲੀ, ਰਲ ਕੇ ਦੋਵਾਂ ਪੰਜਾਬਾਂ ਦੀ ਜਿਹੜੀ ਬੋਲੀ ਹੈ, ਹਾਂਜੀ, ਉਹਦੇ ਵਿੱਚ ਅਸੀਂ ਗੱਲਾਂ ਬਾਤ ਕਰਦੇ ਹਾਂ। ਪਰਮਪਾਲ ਜੀ, ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਇਹ ਗੱਲਾਂ ਬਾਤਾਂ, ਅਸੀਂ ਜਿਹੜੇ ਵਿਸ਼ੇ ਦੱਸਦੇ ਹਾਂ, ਹਾਂਜੀ, ਉਹਦੇ ਤੋਂ ਹਟ ਕੇ ਹਲਕੀ ਫੁਲਕੀ ਗੱਲਬਾਤ ਕਰਦੇ ਹਾਂ। ਹਾਂਜੀ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਹੁਣ ਸਾਡੇ ਨਾ ਜਿਹੜੇ ਸਰੋਤੇ ਹੈਗੇ ਆ ਨਾ, ਸੁਣਨ ਵਾਲੇ ਤੇ ਦੇਖਣ ਵਾਲੇ ਆਪਾਂ ਨੂੰ, ਉਹ ਇਸ ਤਰ੍ਹਾਂ ਦੇ ਹੋ ਗਿਆ, ਉਹ ਸਾਨੂੰ ਕਹਿ ਰਹੇ ਨੇ ਕਿ ਯਾਰ ਹੋਰ ਅੱਗੇ ਵਧੋ, ਪੰਜਾਬੀਆਂ ਲਈ ਕੋਈ ਹੋਰ ਗੱਲ ਕਰੋ, ਜੇ ਪੋਲਿਟਿਕਸ ਦੀ ਕਰਨੀ ਹੈ ਤਾਂ ਉਹ ਵੀ ਥੋੜੀ ਥੋੜੀ ਪੰਜਾਬੀ ਦੇ ਨਾਲ ਰਿਲੇਟਡ, ਜੇ ਪੋਲਿਟਿਕਸ ਹੈ ਤਾਂ ਉਹਦੇ ਬਾਰੇ ਵੀ ਗੱਲ ਕਰੋ। ਤਾਂ ਚਲੋ ਕੋਈ ਗੱਲ ਨਹੀਂ, ਖੁੱਲੀਆਂ ਗੱਲਾਂ ਕਰਨੀਆਂ। ਆਪਾਂ ਇਹ ਵੀ ਦੱਸ ਦਿੰਦੇ ਕਿ ਸਾਨੂੰ ਡੇਢ ਹਫ਼ਤੇ ਦਾ ਵਕਤ ਕਿਉਂ ਲੱਗਿਆ, ਹਾਂਜੀ, ਕਿਉਂਕਿ ਸਾਡੇ ਕੋਲ ਅਸੀਂ ਥੋੜ੍ਹਾ ਜਿਹਾ ਅਗਾਂਹ ਵਧਣਾ ਚਾਹੁੰਦੇ ਸੀ। ਹਾਂਜੀ, ਅਸੀਂ ਜਿਹੜੇ ਮਾਈਕ ਨੇ ਉਹ ਹੱਥ ਇੱਥੇ ਲਾਉਣ ਦੀ ਬਜਾਏ ਅਸੀਂ ਛੋਟੇ ਮਾਈਕ ਲੈ ਲਿਆ ਜਿਹੜੇ ਕਿ ਵਾਇਰਲੈਸ ਨੇ। ਹਾਂਜੀ, ਵਾਇਰਲੈਸ ਨੇ ਔਰ ਬੜੀ ਅੱਛੀ ਕੁਆਲਿਟੀ ਦੇ ਨੇ, ਅੱਛੀ ਕੁਆਲਿਟੀ ਦੇ ਨੇ, ਤੇ ਇਹ ਰੋਡ ਕੰਪਨੀ ਦੇ ਨੇ, ਜਿਹੜੇ ਕਿ ਮੈਂ ਬੜੇ ਸੱਜਣਾਂ ਦੇ ਕੋਲ ਦੇਖੇ ਤੇ ਸਾਡਾ ਮਨ ਸੀਗਾ ਕਿ ਅਸੀਂ ਉਹ ਜਿਹੜੀ ਵਾਇਰ ਲਾ ਕੇ ਰੱਖਦੇ ਹਾਂ ਉਹ ਤਾਂ ਅਸੀਂ ਚਲੋ 15 ਫੁੱਟ ਤੱਕ ਹੀ ਜਾ ਸਕਦੇ ਸੀ। ਹਾਂਜੀ, ਹੁਣ ਅਸੀਂ ਭਾਵੇਂ 50 ਫੁੱਟ ਤੇ ਖੜੇ, ਭਾਵੇਂ 200, 150, 200 ਫੁੱਟ ਤੱਕ ਇਹ ਚਲੇ ਜਾਂਦੇ, ਭਾਵੇਂ ਦੂਰੋਂ ਅਸੀਂ ਖੜ ਕੇ ਤੁਹਾਡੇ ਨਾਲ ਕਦੇ ਲਾਈਵ ਕਰਨਾ ਪੈ ਗਿਆ, ਉਹ ਵੀ ਕਰਦਿਆ ਕਰਾਂ, ਉਹ ਵੀ ਕਰਦਿਆ ਕਰਾਂ। ਬਲਵੀਰ ਸਿੰਘ ਜੀ, ਆਪਾਂ ਆਈਏ ਥੋੜਾ ਜਿਹਾ ਹੁਣ ਮੁੱਦੇ ਤੇ ਆਪਣੇ ਤੇ। ਇੱਕ ਤਾਂ ਆਪਾਂ ਸਾਰਿਆਂ ਨੂੰ, ਲੋਕਾਂ ਨੂੰ ਆਪਾਂ ਵਧਾਈਆਂ ਦੇਣੀਆਂ ਚਾਹੁੰਦੇ ਹਾਂ, ਖਾਸ ਕਰ ਪੰਜਾਬੀਆਂ ਨੂੰ, ਜੀ, ਜਿਨ੍ਹਾਂ ਦੇ ਬਹੁਤ ਜ਼ਿਆਦਾ ਉਹਨਾਂ ਦੀ ਜਿਹੜੀ ਘਾਲਣਾ ਹੈ ਨਾ, ਜਿਹੜੀ ਉਹਨਾਂ ਨੇ ਦਿੱਲੀ ਦੇ ਬਾਰਡਰਾਂ ਤੇ ਘਾਲੀ ਹੈ, ਤੇ ਉਹ ਬਹੁਤ, ਮਤਲਬ ਮੈਂ ਤੁਹਾਨੂੰ ਕਿੱਥੋਂ ਸ਼ੁਰੂ ਕਰਕੇ ਕਿੱਥੇ ਖਤਮ ਕਰਾਂ, ਵੀ ਉਹਨਾਂ ਨੂੰ ਨਾ ਸਲਾਮ ਹੈ, ਉਹਨਾਂ ਨੂੰ ਸਲੂਟ ਹੈ, ਜਿਹੜੇ ਪੂਰਾ ਸਾਲ ਦਿੱਲੀ ਬੈਠੇ ਹੋਏ ਤੇ ਉਹ ਸਾਲ ਤੋਂ ਵੀ ਵੱਧ ਪੰਜਾਬ ਤੋਂ ਸ਼ੁਰੂ ਹੋ ਗਏ, ਪਰ ਉਹਨਾਂ ਦੀ ਕੋਸ਼ਿਸ਼ ਨੂੰ ਫਲ ਪਿਆ। ਤੇ ਇਸ ਕਰਕੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ, ਜਿੰਨਾ ਆਪਾਂ ਨੂੰ ਕੁਛ ਮਿਲ ਗਿਆ, ਕਿਉਂਕਿ ਅੱਜ ਦੀ ਡੇਟ ਦੇ ਵਿੱਚ ਆਪਾਂ ਤਾਂ ਹੀ ਕਰ ਰਹੇ ਹਾਂ ਕਿ ਅੱਜ ਦੀ ਮਤਲਬ ਤਾਰੀਖ ਦੇ ਵਿੱਚ ਉਹ ਜਿਹੜੇ ਬਿੱਲ ਵਾਪਸ ਹੋ ਚੁੱਕੇ ਆ ਤੇ ਸਿਰਫ ਰਾਸ਼ਟਰਪਤੀ ਦੇ ਸਾਈਨ ਕਰਨ ਵਾਲੇ ਕਹਿੰਦੇ ਆ। ਮੇਰੇ ਵੱਲੋਂ ਸਾਰੇ ਹੀ ਕਿਸਾਨਾਂ ਨੂੰ, ਕਿਰਤੀ ਕਿਸਾਨਾਂ ਨੂੰ, ਪੰਜਾਬ ਦਿਆਂ ਨੂੰ, ਹਿੰਦੁਸਤਾਨ ਦਿਆਂ ਨੂੰ, ਤੇ ਬਲਕਿ ਇਹ ਦੁਨੀਆਂ ਭਰ ਦੇ ਕਿਸਾਨਾਂ ਦੀ ਜਿੱਤ ਮੈਂ ਕਹੂੰਗਾ, ਤੇ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਤੇ ਉਹਨਾਂ ਸੰਘਰਸ਼ ਨੂੰ ਸਲਾਮ ਹੈ। ਜਿਹੜੇ ਵੀ ਕਿਸਾਨਾਂ ਨੇ ਜਿੱਥੇ ਵੀ ਉਹ ਬੈਠੇ ਨੇ, ਜੀ ਖਾਓ, ਅਮਰੀਕਾ 'ਚ ਨੇ, ਕੈਲੀਫੋਰਨੀਆ 'ਚ ਨੇ, ਹਾਂਜੀ, ਇੱਥੇ ਵੀ ਸੱਜਣਾ ਮਿੱਤਰਾਂ ਨੇ ਬਹੁਤ ਵੱਡੇ ਵੱਡੇ ਜਲੂਸ ਕੱਢੇ ਆ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ। ਬਿਲਕੁਲ ਜੀ, ਬਹੁਤ ਬੇਨਤੀਆਂ ਇੰਗਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਆਸਟ੍ਰੇਲੀਆ 'ਚ, ਜਰਮਨੀ 'ਚ, ਇਟਲੀ 'ਚ, ਮੈਂ ਇਹ ਗੱਲ ਕਹੂੰਗਾ ਜਿੱਥੇ ਵੀ ਇੱਕ ਪੰਜਾਬੀ ਵਸਾ, ਹਾਂਜੀ, ਉਹਨੂੰ ਉਸ ਕਿਸਾਨ ਦਾ ਦਰਦ ਉਹਦੇ ਸੀਨੇ 'ਚ ਜ਼ਰੂਰ
ਮਤਲਬ ਪਿਆ, ਬਿਲਕੁਲ ਪਿਆ ਜੀ, ਬਿਲਕੁਲ ਪਿਆ, ਕੋਈ ਸ਼ੱਕ ਨਹੀਂ। ਇਸ ਚੀਜ਼ ਨੂੰ ਇੱਕ ਸਾਲ ਆਪਣੇ ਪਿੰਡੇ ਤੇ ਹਟਾਇਆ, ਅਸੀਂ ਭਾਵੇਂ ਪਿੰਡੇ ਤੇ ਨਹੀਂ ਹਟਾਇਆ, ਪਰ ਸਾਨੂੰ ਉਹਨਾਂ ਦਾ ਸਾਥ ਜਿਹੜਾ ਦੇਣਾ ਚਾਹੀਦਾ। ਔਰ ਅਸੀਂ ਅਗਾਹੋਂ ਜਿਹੜੇ ਹੋਰ ਕਾਨੂੰਨ ਵੀ ਉਹ ਕਹਿੰਦੇ ਨੇ, MSP ਵਗੈਰਾ ਕਹਿੰਦੇ ਨੇ, ਉਹ ਹੋ ਜਾਵੇ, ਉਹ ਵੀ ਹੋ ਕੇ ਜਾਏਗਾ। ਹਾਂਜੀ, ਉਮੀਦ ਹੈਗੀ ਆ, ਉਹ ਇੱਕ ਕਮੇਟੀ ਬਣਾਤੀ ਆ ਉਹਨਾਂ ਨੇ, ਤੇ ਅਸੀਂ ਉਹਦੇ ਲਈ ਵੀ ਦੁਆ ਕਰਦੇ ਹਾਂ ਕਿ ਉਹ ਵੀ ਹੋ ਜਾਣ। ਤੇ ਇੱਕ ਬਲਵੀਰ ਸਿੰਘ ਜੀ, ਆਪਾਂ ਇਹ ਆਪਣਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਿਆ ਗੁਰੂ ਨਾਨਕ ਸਾਹਿਬ ਜੀ ਦੇ ਮੁੜ ਕੇ ਖੁੱਲ ਗਿਆ। ਹਾਂਜੀ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੇ ਉੱਤੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈਗਾ ਕਿ ਉਹ ਵੀ ਬਹੁਤ ਹੀ ਸਲਾਹੁਣ ਯੋਗ ਹੈਗੀ ਹੈ ਜੀ ਗੱਲ। ਔਰ ਜਿਹੜੀ ਸਭ ਤੋਂ ਵੱਡੀ ਚੀਜ਼ ਇਹ ਆ ਕਿ ਉੱਥੇ 3,000 ਜਾਂ 5,000 ਲੋਕ ਜੇ ਰੋਜ਼ਾਨਾ ਜਾਣਗੇ ਜੀ, ਸਾਡੇ ਲਹਿੰਦੇ ਪੰਜਾਬ ਦੇ ਭਰਾਵਾਂ ਭੈਣਾਂ ਦੇ ਕੋਲ ਵੀ ਇੱਧਰੋਂ ਜਿਹੜੀ ਮਤਲਬ ਟ੍ਰਾਂਸੈਕਸ਼ਨ ਹੁੰਦੇ ਪੈਸੇ ਦਾ, ਹਾਂਜੀ ਹਾਂਜੀ, ਉਹ ਵੀ ਸਾਡੇ ਭਰਾ ਭੈਣਾਂ ਨੇ, ਉਹਨਾਂ ਨੂੰ ਵੀ ਰੋਟੀ ਖਾਣ ਦਾ ਪੂਰਾ ਹੱਕ ਹੈ। ਅਗਰ ਕੋਈ ਉਹਨਾਂ ਦਾ ਸਮਾਨ ਵਿਕਦਾ ਹੈ ਸਾਡੇ ਸੱਜਣ ਮਿੱਤਰਾਂ ਨੂੰ, ਕਿਉਂਕਿ ਸਾਡੇ ਸੱਜਣਾ ਮਿੱਤਰਾਂ ਨੂੰ, ਖਾਸ ਕਰ ਲੇਡੀਜ਼ ਨੂੰ ਪਾਕਿਸਤਾਨ ਦੇ ਸੂਟ ਬੜੇ ਪਸੰਦ ਆ, ਬਿਲਕੁਲ ਜੀ, ਸਾਡੇ ਸੱਜਣਾ ਮਿੱਤਰਾਂ ਨੂੰ ਜੁੱਤੀਆਂ ਬੜੀਆਂ ਪਸੰਦ ਆ, ਹਾਂਜੀ ਹਾਂਜੀ, ਔਰ ਉਧਰੋਂ ਲੈ ਕੇ ਆਉਣਗੇ ਤੇ ਸਾਡੇ ਭਰਾ ਭੈਣ ਉਧਰ ਵੀ ਰੋਟੀ ਚੰਗੀ ਖਾਣਗੇ, ਤੇ ਅਸੀਂ ਕਿਸੇ ਨੂੰ ਨੀਵਾਂ ਨਾ ਦਾਈਏ, ਉਹਨਾਂ ਦੀ ਮਦਦ ਕਰੀਏ। ਔਰ ਸਰਕਾਰਾਂ ਨੂੰ ਅਸੀਂ ਜ਼ਰੂਰ ਕਹੀਏ ਕਿ ਦੇਖੋ, ਦੋਨੇ ਪਾਸੇ ਦੇ ਜਿਹੜੀ ਕੌਮ ਹੈ ਪੰਜਾਬੀਆਂ ਦੀ, ਉਹਦੇ 'ਚ ਮੁਸਲਮਾਨ, ਸਿੱਖ, ਹਿੰਦੂ, ਜਿਹੜੇ ਵੀ ਨੇ, ਕ੍ਰਿਸਚਨ ਨੇ, ਜੋ ਵੀ ਹੈ, ਜਿਹੜਾ ਪੰਜਾਬੀ ਹੈ, ਅਸੀਂ ਹੱਥ ਜੋੜ ਕੇ ਦੋਨਾਂ ਸਰਕਾਰਾਂ ਨੂੰ ਬੇਨਤੀ ਵੀ ਕਰਦੇ ਹਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੀਜ਼ਾ ਦਿੱਤਾ ਜਾ, ਹਾਂਜੀ ਹਾਂ, ਪਰਿਵਾਰਾਂ ਸਮੇਤ ਵੀਜ਼ਾ ਦਿਓ। ਮੈਂ ਤਾਂ ਕਹਿੰਦਾ ਇਸ ਤਰ੍ਹਾਂ ਕਰ ਦਿਓ ਕਿ ਸਵੇਰੇ ਲਾਹੌਰ ਜਾਇਆ ਕਰਨ, ਰੋਟੀ ਪਾਣੀ ਖਾ ਕੇ ਮੁੜਿਆ ਕਰਨ। ਤੁਸੀਂ ਦੋ ਜਿਹੜੇ ਪਹਿਲੂ ਛੇੜੇ ਹੈਗੇ ਆ, ਇੱਕ ਤਾਂ ਹੈਗਾ ਪਾਕਿਸਤਾਨ ਦੀ ਇਕਨੋਮਿਕਸ ਦਾ ਪਹਿਲੂ, ਪਰ ਇਕਨੋਮਿਕਸ ਦਾ ਪਹਿਲੂ ਹੈ ਜਿਹੜਾ ਹੈਗਾ ਆਰਥਿਕਚਾਰੇ ਦਾ ਜਿਹੜਾ ਪਹਿਲੂ ਆ, ਉਹਦੇ ਲਈ ਅਸੀਂ ਬਹੁਤ ਹੀ ਨਿਗੂਣਾ ਜਿਹਾ ਹਿੱਸਾ ਪਾ ਸਕਦੇ ਹਾਂ, ਕਿਉਂਕਿ ਅਸੀਂ ਉੱਥੇ ਜਾਂਦੇ ਹਾਂ ਕਿਉਂਕਿ ਸਾਡੀ ਆਦਤ ਹੈ, ਸਾਡਾ ਸੁਭਾਅ, 4 ਪੈਸੇ ਅਸੀਂ ਖਰਚਦੇ ਹਾਂ, 4 ਪੈਸੇ ਅਸੀਂ ਦਾਨ ਪੁੰਨ ਵੀ ਕਰਦੇ ਹਾਂ, 4 ਪੈਸੇ ਅਸੀਂ ਆਪਦੀ ਜੇਬ 'ਚ ਵੀ ਪਾਉਂਦੇ ਹਾਂ, ਹਰ ਵਕਤ ਅਸੀਂ ਬਿਜ਼ਨਸ ਨਹੀਂ ਕਰਦੇ, ਪੰਜਾਬੀਆਂ ਦਾ ਸੁਭਾਅ ਹੈ। ਸੋ ਉਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਜਿਹੜਾ ਦੂਸਰਾ ਪਹਿਲੂ ਜਿਹੜਾ ਤੁਸੀਂ ਦੱਸਿਆ ਹੈਗਾ ਵੀਜ਼ੇ ਦਾ, ਉਹਦੇ ਬਾਰੇ ਇੱਕ ਖਬਰ ਜੀ ਪ੍ਰਚਲਿਤ ਹੈਗੀ ਆ, ਪਤਾ ਨਹੀਂ ਕਿੱਥੋਂ ਤੱਕ ਠੀਕ ਹੈ। ਉਹ ਕਹਿੰਦੇ ਜਿਹੜਾ ਪੰਜਾਬ ਦਾ, ਜਿਹੜਾ ਸਾਡਾ ਚੜ੍ਹਦਾ ਪੰਜਾਬ, ਹਿੰਦੁਸਤਾਨ ਦਾ ਪੰਜਾਬ ਹੈ, ਉਹਦੇ ਕੁਛ ਜਿਹੜੇ ਨੌਜਵਾਨ ਤਬਕਾ ਹੈ, ਉਹ ਇਸ ਕਰਕੇ ਵੀਜ਼ਾ ਨਹੀਂ ਪਾਕਿਸਤਾਨ ਦਾ ਲਵਾਉਂਦਾ, ਕਿਉਂਕਿ ਉਹਨਾਂ ਨੂੰ ਇਹ ਗਲਤ ਫਹਿਮੀ ਹੈ ਕਿ ਜਦੋਂ ਉਹ ਦੂਸਰੇ ਕਿਸੇ ਦੇਸ਼ ਦਾ ਵੀਜ਼ਾ ਲਵਾਉਣ ਜਾਣਗੇ ਤਾਂ ਉਹਨਾਂ ਨੂੰ ਸਮੱਸਿਆ ਹੋਵੇ। ਨਹੀਂ, ਮੈਨੂੰ ਨਹੀਂ ਲੱਗਦਾ। ਹਾਂ, ਨਹੀਂ ਲੱਗਦਾ ਨਹੀਂ, ਮੇਰੇ ਵਕੀਲਾਂ ਦੀ ਮੈਂ ਸਲਾਹ ਟੈਲੀਵਿਜ਼ਨ ਤੇ ਦੇਖਦਾ ਰਹਿਣਾ ਜੀ, ਉਹ ਕਹਿੰਦੇ ਤੁਸੀਂ ਜਿੰਨੀ ਵਾਰੀ ਮਰਜ਼ੀ ਪਾਕਿਸਤਾਨ, ਜਦੋਂ ਲੋਕਾਂ ਦੇ ਵੀਜ਼ੇ ਉਹ ਤੋਂ ਬਾਅਦ ਆਮ ਲੱਗੀ ਜਾਂਦੇ। ਮੇਰੇ ਕੋਲ ਸਬੂਤ ਹੈ ਇਸ ਗੱਲ ਦੇ। ਦੇਖੋ, ਆਪਾਂ ਬਾਹਰ ਬੈਠੇ ਹਾਂ, ਅਮਰੀਕਾ ਦੇ ਵਿੱਚ ਬੈਠੇ ਹਾਂ ਆਪਾਂ, ਸਾਨੂੰ ਪਤਾ ਹੈਗਾ ਕਿ ਜਿਹੜੇ ਵੀ ਬੱਚੇ ਇੱਥੇ ਆਏ ਨੇ, ਜਾਂ ਮਤਲਬ ਕਿ ਕਹਿ ਲਓ ਆਦਮੀ ਆਏ ਨੇ, ਉਹਨਾਂ ਦੇ ਕਈਆਂ ਦੇ ਬਹੁਤ ਦੇ, ਕਿਉਂਕਿ ਸਾਰਿਆਂ ਨੂੰ ਪਤਾ ਹੈਗਾ ਕਿ ਸਾਡੇ ਬਾਬਾ ਜੀ ਦੇ ਉੱਧਰ ਗੁਰਦੁਆਰਾ ਸਾਹਿਬ ਨੇ, ਅਸੀਂ ਨਤਮਸਤਕ ਹੋਣ ਲਈ ਜਾਂਦੇ ਹਾਂ, ਜਾਂ ਕਹਿ ਲਓ ਕਿ ਸਾਡੇ ਉੱਧਰ ਮੰਦਰ ਨੇ, ਉੱਥੇ ਵੀ ਨਤਮਸਤਕ ਹੋਣ ਲਈ ਮੇਰੇ ਹਿੰਦੂ ਵੀਰ ਭੈਣ ਭਰਾ ਜਾਂਦੇ ਨੇ, ਤਾਂ ਇਹਦੇ ਵਿੱਚ ਜੇ ਪਾਕਿਸਤਾਨ ਦਾ ਵੀਜ਼ਾ ਲੱਗਿਆ ਵੀ ਹੋਊਗਾ ਨਾ, ਇਹਦੇ ਵਿੱਚ ਬਿਲਕੁਲ ਇਹ ਸੋਚਣ ਵਾਲੀ ਗੱਲ ਨਹੀਂ ਕਿ ਸਾਡਾ ਹੋਰ ਦੇਸ਼ ਦਾ ਵੀਜ਼ਾ ਨਹੀਂ ਲੱਗੂਗਾ। ਐਸਾ ਕੋਈ ਨਾ ਤਾਂ ਲਾ, ਤੇ ਨਾ ਹੀ ਕੋਈ ਅੰਬੈਸਡਰ ਸੋਚਦੇ ਨੇ, ਨਾ ਹੀ ਉੱਥੋਂ ਦੇ ਹਾਈ ਕਮਿਸ਼ਨਰ ਸੋਚਦੇ ਨੇ। ਤੁਸੀਂ ਕਰਤਾਰਪੁਰ ਸਾਹਿਬ ਜਾਓ, ਤੁਸੀਂ ਨਨਕਾਣਾ ਸਾਹਿਬ ਜਾਓ, ਤੁਸੀਂ ਵੀਜ਼ਾ ਲਵਾਓ। ਐਸੀ ਕੋਈ ਗੱਲ ਨਹੀਂ ਹੈਗੀ ਕਿ ਦੁਬਾਰਾ ਤੁਹਾਡੇ ਹੋਰ ਦੇਸ਼ਾਂ ਦੇ ਵੀਜ਼ੇ ਨਾ ਲੱਗਣ। ਪਰਮਪਾਲ ਜੀ, ਪਿੱਛੇ ਜਿਹਾ ਅਸੀਂ ਪ੍ਰੋਗਰਾਮ ਪ੍ਰਦੇਸ਼ ਟਾਈਮ 'ਤੇ ਕੀਤਾ ਸੀ,
ਸਰਦਾਰ ਰਮੇਸ਼ ਸਿੰਘ ਖਾਲਸਾ ਉਹਨਾਂ ਨਾਲ ਜੀ, ਜਿਹੜੇ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਪ੍ਰਧਾਨ ਨੇ। ਹਾਂਜੀ 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 ਬਿਲਕੁਲ। ਉਹਨਾਂ ਦਾ ਉਹ ਪ੍ਰੋਗਰਾਮ ਬੜੀ ਵਾਰ ਲੋਕਾਂ ਨੇ ਦੇਖਿਆ। ਉਹਨਾਂ ਨੇ ਜਿਹੜੇ ਪਾਕਿਸਤਾਨ ਦੇ ਕੌਂਸਲੇਟ ਨੇ ਲੋਸ ਏਂਜਲਸ ਵਿੱਚ, ਕੈਲੀਫੋਰਨੀਆ ਵਿੱਚ, ਅਮਰੀਕਾ ਚ, ਉਹਨਾਂ ਨੇ ਸਾਡੇ ਇੱਥੇ ਗੁਰਦੁਆਰਾ ਸਾਹਿਬਾਨ ਵਿੱਚ ਆ ਕੇ ਬੇ ਏਰੀਏ ਵਿੱਚ ਫ੍ਰੀਮਾਂਟ ਸੈਨੋਜ਼ੇ ਸੈਕਰਾਮੈਂਟੋ, ਉਹ ਸਟੇਜ ਤੋਂ ਬੋਲੇ ਸੀ ਕਿ ਤੁਸੀਂ ਆਓ, ਤੁਹਾਨੂੰ ਅਸੀਂ 5 ਸਾਲ ਦਾ ਵੀਜ਼ਾ ਦੇ ਸਕਦੇ ਹਾਂ, ਹਾਂਜੀ ਤੁਸੀਂ ਘੁੰਮੋ ਫਿਰੋ, ਤੁਹਾਨੂੰ ਕਿਸੇ ਗੱਲ ਦੀ ਦਿੱਕਤ ਨਹੀਂ ਹੋਏਗੀ। ਬਲਕਿ ਇਹ ਹੈ ਕਿ ਉਹ ਤੇ ਅੱਖਾਂ ਪਛਾ ਕੇ ਸੱਜਣ ਮਿੱਤਰ, ਉਹ ਜਿਹੜਾ 5 ਸਾਲ ਦਾ ਵੀਜ਼ਾ ਹੁੰਦਾ ਨਾ ਬਲਵੀਰ ਸਿੰਘ ਜੀ, ਉਹ ਇੱਕ ਤਰ੍ਹਾਂ ਦੇ ਕਹਿ ਲਓ ਕਿ ਮਲਟੀਪਲ ਵੀਜ਼ਾ ਉਹਨੂੰ ਕਹਿੰਦੇ ਆ, ਪਰ ਉਹਦੇ ਦਰਮਿਆਨ ਜਦੋਂ ਅਸੀਂ ਕਿਸੇ ਵੀ ਦੇਸ਼ 'ਚ ਜਾਈਏ ਉੱਥੇ ਐਂਟਰੀ ਲੱਗਦੀ ਹੈ। ਉਹ ਐਂਟਰੀ ਮੁੱਖ ਤੌਰ ਉੱਤੇ ਆਮ ਤੌਰ ਉੱਤੇ ਉਹ 1 ਮਹੀਨੇ ਦੀ ਹੁੰਦੀ ਹੈ, 1 ਮਹੀਨੇ ਦੀ ਜਾਂ 2 ਮਹੀਨੇ ਦੀ, 4 ਮਹੀਨੇ, ਉੱਥੇ ਪਾਕਿਸਤਾਨ ਦੇ ਵਿੱਚ 1 ਮਹੀਨੇ ਦੀ ਆ। ਪਰ ਉਹਦੀ ਐਕਸਟੈਂਸ਼ਨ ਜੇ ਕਰਾਉਣੀ ਹੈ, ਉਸਨੂੰ ਵਧਾਉਣਾ ਹੈ, ਬਿਲਕੁਲ ਈਜ਼ੀਲੀ ਹੋ ਸਕਦੀ ਆ। ਔਰ ਜੇ ਤੁਸੀਂ ਕੰਮ ਦੱਸੋਗੇ ਕਿ ਇਸ ਕੰਮ ਲਈ ਆ ਸਕਦੇ ਆ, ਉਹ ਪੁੱਛਦੇ ਆ ਕਿ ਕਿੰਨੇ ਦਿਨ ਚਾਹੀਦੇ। ਤਾਂ ਜਿਵੇਂ ਕੋਈ ਫਿਲਮਾਂ ਵਾਲੇ ਜਾ ਰਹੇ ਆ, ਉੱਧਰ ਅੱਜ ਕੱਲ੍ਹ ਫਿਲਮਾਂ ਬਣਦੀਆਂ ਨੇ, ਕੋਈ ਸੀਰੀਅਲ ਬਣਦੇ ਨੇ, ਜਾਂ ਉਹਨਾਂ ਨੂੰ ਪਤਾ ਹੁੰਦਾ ਹੈ ਉਹਨਾਂ ਲਈ ਜਿੰਨੇ ਦਿਨ ਦਾ ਮਤਲਬ ਹੈਗਾ ਉਹਨਾਂ ਵੀਜ਼ਾ ਦੇ ਦਿੰਦੇ। ਮੈਂ ਇੱਕ ਗੱਲ ਜ਼ਰੂਰ ਕਹੂੰਗਾ, ਮੈਂ ਕੱਲ ਤੱਕ, ਅੱਜ ਤੱਕ ਜਾਣੀ ਸਮਝ ਲਓ, ਪਿਛਲੇ 2 ਹਫ਼ਤਿਆਂ ਤੋਂ ਮੈਂ ਯੂਟਿਊਬ ਦੇ ਜਿਹੜੇ ਸ਼ੋਅ ਆ ਦੇਖ ਰਿਹਾ। ਹਾਂਜੀ, ਬਹੁਤ ਸੱਜਣ ਮਿੱਤਰ ਦੇਖਦੇ ਆ ਜੀ, ਸਾਡੇ ਪੰਜਾਬੀ ਲਹਿਰ ਵਾਲੇ ਨਾਸਰ ਢਿੱਲੋਂ ਜੀ, ਹਾਂਜੀ, ਤੇ ਸਰ ਭਵਿੰਦਰ ਸਿੰਘ ਲਵਲੀ ਹੋਣੀ ਜੀ, ਤੇ PPPTV ਵਾਲੇ ਵੀ ਅੱਜ ਕੱਲ੍ਹ ਆਏ ਆ ਨਾਲ। ਹਾਂਜੀ, ਤੇ ਬਿੱਲੂ ਘੁੰਮਣ ਜੀ ਨੇ ਉਹਨਾਂ ਦੇ ਨਾਲ, ਪ੍ਰੋਫੈਸਰ ਸਾਹਿਬ ਨੇ ਸ਼ਾਇਦ। ਹਾਂਜੀ, ਉਹ ਪੰਜਾਬੀਆਂ ਨੂੰ ਤੇ ਗੁਰਸਿੱਖਾਂ ਨੂੰ ਜਦੋਂ ਗੁਰਦੁਆਰਿਆਂ ਦੇ ਬਾਹਰ ਮਿਲਦੇ ਆ ਜਾਂ ਗੁਰਦੁਆਰਿਆਂ ਦੇ ਅੰਦਰ ਮਿਲਦੇ ਜੀ, ਉਹ ਇੱਕੋ ਹੀ ਗੱਲ ਪੁੱਛਦੇ ਆ ਵਾਰ ਵਾਰ ਕਿ ਤੁਹਾਨੂੰ ਇੱਥੇ ਆ ਕੇ ਕਿਸ ਤਰ੍ਹਾਂ ਦਾ ਲੱਗਿਆ, ਜਦੋਂ ਉਹ ਕਹਿੰਦੇ ਆ ਕਿ ਭਾਈ ਸਾਨੂੰ ਤਾਂ ਲੋਕਾਂ ਨੇ ਅੱਖਾਂ 'ਤੇ ਚੁੱਕ ਲਿਆ। ਵਾਹ ਵਾਹ, ਇਹ ਜਿਹੜਾ ਲਫ਼ਜ਼ ਹੈ ਸਾਡੇ ਪੰਜਾਬੀਆਂ ਲਈ ਬਹੁਤ ਵੱਡਾ ਹੈ, ਬਹੁਤ ਵੱਡਾ, ਕਿ ਸਾਨੂੰ ਉਹਨਾਂ ਨੇ ਅੱਖਾਂ 'ਤੇ ਬਿਠਾ ਲਿਆ। ਬਿਲਕੁਲ ਜੀ। ਔਰ ਯਕੀਨ ਕਰੋ, ਔਰ ਜਿਹੜੇ ਵੀ ਸਿੰਘ ਸਾਹਿਬਾਨ ਨਾਲ, ਜਿਹੜੇ ਵੀ ਸਿੱਖ ਭਾਈਚਾਰੇ ਨਾਲ, ਪੰਜਾਬੀ ਵੀਰ ਨਾਲ ਇੰਟਰਵਿਊ ਦੇ ਵਿੱਚ ਅਸੀਂ ਦੇਖਦੇ ਹਾਂ ਉਹਨਾਂ ਦੀਆਂ ਫਿਲਮਾਂ ਜਿਹੜੀਆਂ ਜੀ, ਉਹ ਇੱਕੋ ਹੀ ਗੱਲ ਕਹਿੰਦੇ ਜੀ, ਸਾਡੇ ਕੋਲ ਤਾਂ ਕਿਸੇ ਨੇ ਪੈਸੇ ਨਹੀਂ ਲਏ। ਹਾਂਜੀ, ਅਸੀਂ ਕਹਿੰਦੇ ਪੈਸੇ ਲੈ ਲਓ, ਉਹ ਸਾਨੂੰ ਚੀਜ਼ਾਂ ਦਿੰਦੇ ਆ, ਪੈਸੇ ਨਹੀਂ ਲੈਂਦੇ ਜੀ। ਇਹਦੇ ਤੋਂ ਤੁਸੀਂ ਅੰਦਾਜ਼ਾ ਕਰ ਲਓ, ਜਿਹੜੇ ਲੋਕਾਂ ਨੂੰ ਹਾਲੇ ਵੀ ਥੋੜ੍ਹੀ ਜਿਹੀ ਸ਼ੱਕ ਹੋਏਗੀ ਕਿ ਉੱਧਰ ਨਹੀਂ ਜਾਣਾ ਚਾਹੀਦਾ, ਉੱਧਰ ਇੱਦਾਂ ਹੋ ਜਾਊ, ਉੱਧਰ ਇੱਦਾਂ ਹੋ ਜਾਊ, ਮੈਨੂੰ ਨਹੀਂ ਲੱਗਦਾ ਕਿ ਉਹ ਲੋਕ ਇਹ ਸਹੀ ਸੋਚ ਲੈ ਕੇ ਚੱਲੇ, ਉਹਨਾਂ ਨੂੰ ਵੀ ਇਹ ਵੀਡੀਓ ਦੇਖਣੀਆਂ ਚਾਹੀਦੀਆਂ, ਬਿਲਕੁਲ ਦੇਖਣੀਆਂ, ਤਾਂ ਕਿ ਉਹਨਾਂ ਨੂੰ ਉਹ ਮਨ ਬਣਾ ਲੈਣਾ ਚਾਹੀਦਾ। ਜੇ ਕਿਸੇ ਸੱਜਣ ਮਿੱਤਰ ਨੂੰ ਭਰਮ ਹੋਵੇ ਤੇ ਅਸੀਂ ਤੁਹਾਨੂੰ ਉਹਨਾਂ ਦੇ ਨੰਬਰ ਵੀ ਦੇ ਸਕਦੇ, ਤੁਸੀਂ ਫੋਨ ਤੇ ਪਤਾ ਕਰ ਲਓ, ਬਿਲਕੁਲ, ਸਾਨੂੰ ਕਾਲ ਕਰ ਸਕਦੇ ਆ, ਸਾਨੂੰ ਈਮੇਲ ਕਰ ਸਕਦੇ ਆ। ਦੂਸਰੀ ਗੱਲ ਇਹ ਕਿ ਜਿਹੜੀ ਮੈਨੂੰ ਖੁਦ ਭਵਿੰਦਰ ਸਿੰਘ ਲਵਲੀ ਹੁਣਾਂ ਨੇ ਦੱਸੀ ਸੀ ਕਿ ਵੀ ਜੇ ਕਿਸੇ ਨੇ ਵੀ ਵੀਜ਼ਾ ਲੈਣਾ, 100 ਬੰਦੇ ਨੇ ਲੈਣਾ, 200 ਨੇ ਲੈਣਾ, ਤੁਸੀਂ ਸਾਨੂੰ ਉਹਨਾਂ ਦੇ ਪਾਸਪੋਰਟ ਦੀ ਫੋਟੋਕਾਪੀ ਭੇਜ ਦਿਓ ਜੀ, ਅਸੀਂ ਤੁਹਾਨੂੰ ਉਹ ਜਿਹੜੇ ਵੀਜ਼ੇ ਦਾ ਫਾਰਮ ਆ ਉਹ ਭਰ ਕੇ ਤੁਹਾਨੂੰ ਵਾਪਸ, ਰਾਹਦਾਰੀ ਜਿਹਨੂੰ ਕਹਿੰਦੇ, ਰਾਹਦਾਰੀ, ਹਾਂਜੀ, ਉਹ ਤੁਹਾਨੂੰ ਦੇ ਦਿਆਂਗੇ, ਤੁਸੀਂ ਆਪਣੇ ਕੌਂਸਲੇਟ ਨੂੰ ਦੇ ਦਿਓ, ਤੁਹਾਨੂੰ 15-20 ਦਿਨ ਦਾ ਜਾਂ ਗੁਰਦੁਆਰਿਆਂ ਦਾ ਜਿਹੜਾ ਵੀ ਤੁਹਾਨੂੰ ਵੀਜ਼ਾ ਚਾਹੀਦਾ, ਹਾਂਜੀ ਹਾਂਜੀ, ਉਹ ਮਿਲ ਜਾਏਗਾ। ਪਰ ਕੌਂਸਲੇਟ ਸਾਹਿਬ ਦੇ ਕਹਿਣ ਦੇ ਮੁਤਾਬਕ ਜਦੋਂ ਮੇਰੇ ਨਾਲ ਉਹਨਾਂ ਦੀ ਗੱਲ ਹੋਈ ਸੀ, ਉਹ ਕਹਿੰਦੇ ਸੀ ਵੀ ਤੁਸੀਂ ਜਿੱਦਾਂ ਮਰਜ਼ੀ ਅਪਲਾਈ ਕਰ ਦਿਓ, ਗੁਰਦੁਆਰਾ ਸਾਹਿਬ ਜਾਣਾ ਜਾਂ ਤੁਸੀਂ ਆਮ ਘੁੰਮਣਾ, ਕਿਉਂਕਿ ਜਿਹੜੇ ਆਮ ਘੁੰਮਦੇ ਆ ਉਹਨਾਂ ਦੇ ਵਿੱਚ ਸਾਨੂੰ ਕੋਈ ਸਿਕਿਉਰਿਟੀ ਦੀ ਖਾਸ ਲੋੜ ਨਹੀਂ, ਕਿਉਂਕਿ ਲੋਕ ਸਾਨੂੰ ਡਟ ਡਟ ਕੇ ਤਾਂ ਮਿਲਦਾ ਹੈ। ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਹੈਗੇ ਨਾ, ਉਹਨਾਂ ਨੂੰ ਉਹ ਕਹਿੰਦੇ ਵੀ ਹੈ ਵੀ ਜਿਹਨੇ ਕਹਿੰਦੇ ਹੁੰਦੇ ਨਾ, ਜਿਹਨੇ ਲਾਹੌਰ ਨਹੀਂ ਦੇਖਿਆ, ਕੁਛ ਵੀ ਨਹੀਂ ਦੇਖਿਆ, ਉਹ ਨਿਮੰਤਰਣ ਦਿੰਦੇ ਆ ਵੀ ਜੇ ਤੁਹਾਡੇ ਕੋਲ ਵੀਜ਼ਾ ਹੈ ਤਾਂ ਤੁਸੀਂ ਆਓ, ਘੁੰਮ ਫਿਰ ਲਓ। ਬਾਕੀ ਇੱਕ ਗੱਲ ਹੋਰ ਸੋਚਣ ਵਾਲੀ ਹੈਗੀ ਹੈ, ਦੇਖੋ ਹਿੰਦੁਸਤਾਨ ਵਿੱਚ ਬੈਠਿਆਂ ਨੂੰ ਨਾ, ਸਾਨੂੰ ਕਈ ਵਾਰੀ ਐਂ ਲੱਗਦਾ ਵੀ ਪਾਕਿਸਤਾਨ ਦੇ ਵਿੱਚ ਬਹੁਤ ਕੱਟੜਵਾਦ ਹੈ ਜਾਂ ਇਸ ਤਰ੍ਹਾਂ ਦਾ, ਉਹ ਇਹ ਚੀਜ਼ ਹੈ ਜਿਹੜੀ ਉਹ ਪਾਕਿਸਤਾਨ ਵਿੱਚ ਬੈਠਿਆਂ ਨੂੰ ਉਹਨਾਂ ਨੂੰ ਲੱਗਦਾ, ਪਰ ਅਗਰ ਜਨਰਲੀ ਅਸੀਂ ਦੇਖਿਆ ਜਾਵੇ ਕੱਟੜਵਾਦ ਤਾਂ ਕੁਛ ਪਰਸੈਂਟ ਦੋਨਾਂ ਹੀ ਦੇਸ਼ਾਂ 'ਚ ਹੈ, ਪਰ ਆਮ ਲੋਕ ਹੈ ਜਿਹੜੇ
ਮਾਰਚ ਅਪ੍ਰੈਲ ਚ ਚੱਲਾਂਗੇ ਤੇ ਉਹ ਵੇਖਦੇ ਵੀ ਆ ਜਾ ਕੇ ਵੇਖਾਂਗੇ ਵੀ ਕਿੱਥੇ ਕਿੱਥੇ ਸੀਗੇ ਸਾਡੇ ਬਜ਼ੁਰਗਾਂ ਦੇ ਪਿੰਡਾਂ ਚ ਵੀ ਜਾਂਦੇ ਆ ਜੀ ਔਰ ਬੜੀ ਚੰਗੀ ਗੱਲ ਆ ਪਿੰਡਾਂ ਵਾਲੇ ਬਜ਼ੁਰਗ ਜਿਹੜੇ ਉਹਨਾਂ ਨੂੰ ਮਿਲਣ ਆਉਂਦੇ ਉਹ ਪਛਾਣ ਵੀ ਲੈਂਦੇ ਤੂੰ ਫਲਾਣੇ ਦਾ ਪੁੱਤ ਆਇਆ ਤੂੰ ਫਲਾਣੇ ਦਾ ਪੁੱਤਰ ਆ ਮੇਰੇ ਮਨ ਵਿੱਚ ਇੱਕੋ ਹੀ ਤਮੰਨਾ ਸੀ ਕਿ ਅਸੀਂ ਕੁਛ ਐਸਾ ਪ੍ਰੋਗਰਾਮ ਕਰਕੇ ਅਸੀਂ ਵੀ ਉਸ ਪ੍ਰੋਗਰਾਮ ਦੇ ਵਿੱਚ ਤਾਈਦ ਕਰੀਏ ਕਿ ਭਾਈ ਤੁਸੀਂ ਘਬਰਾਉਣਾ ਨਹੀਂ ਘਬਰਾਉਣਾ ਤੇ ਸਭ ਕੁਛ ਸਹੀ ਸਲਾਮਤ ਬਿਲਕੁਲ ਦੇਖੋ ਸਾਨੂੰ ਉਹ ਮਿਲ ਕੇ ਗਏ ਸੀਗੇ ਆਪਣੇ ਕੌਣ ਸੀਗੇ ਆਪਣੇ ਜਿਹੜੇ ਰਾਏ ਬਲਾਰ ਜਿਹੜੇ 18ਵੀਂ ਪੀੜ੍ਹੀ ਉਹਨਾਂ ਦੀ ਹਾਂ 18ਵੀਂ ਪੀੜ੍ਹੀ ਦੇ ਬੰਦੇ ਸੀ ਕਿੰਨੀਆਂ ਸੋਹਣੀਆਂ ਗੱਲਾਂ ਉਹਨਾਂ ਨੇ ਦੱਸੀਆਂ ਤੇ ਕਿੰਨੇ ਉਹ ਤਾਂ ਹੱਥਾਂ ਤੇ ਚੁੱਕਣ ਲਈ ਤਿਆਰ ਦਰਅਸਲ ਗੱਲ ਸਿਰਫ ਇਹ ਆ ਹਾਂਜੀ ਉਹ ਜਦੋਂ ਵੀ ਆਉਂਦੇ ਆ ਇੱਕੋ ਹੀ ਸੱਦਾ ਪੱਤਰ ਦਿੰਦੇ ਆ ਜੀ ਕਿ ਤੁਸੀਂ ਭਾਈ ਸਾਡੇ ਪੰਜਾਬ ਚ ਜਿਹੜਾ ਤੁਹਾਡਾ ਪੰਜਾਬ ਆ ਉੱਥੇ ਆਵੋ ਤੁਹਾਨੂੰ ਆ ਕੇ ਪਤਾ ਲੱਗੇ ਸਾਡੀ ਜਿਹੜੀ ਖਲਕਤ ਹੈ ਲੋਕ ਜਿਹੜੇ ਉਹ ਤੁਹਾਨੂੰ ਕਿੰਨਾ ਪਸੰਦ ਕਰ ਕਿੰਨਾ ਪਸੰਦ ਕਰ ਇਸ ਜਿਹੜੇ ਪ੍ਰੋਗਰਾਮ ਅਸੀਂ ਇਹਨਾਂ ਦੇ ਵੀਡੀਓ ਤੇ ਦੇਖਦੇ ਹਾਂ ਮੈਂ ਉਹਦੇ ਚ ਡਾਕਟਰ ਸਾਡੇ ਪੰਨੂ ਸਾਹਿਬ ਨੇ ਦਵਿੰਦਰ ਸਿੰਘ ਮੈਂ ਉਹਨਾਂ ਦਾ ਜ਼ਰੂਰ ਧੰਨਵਾਦ ਦਿਆਂਗਾ ਕਿਉਂਕਿ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਾਏ ਸੀ ਅੱਛਾ ਅੱਛਾ ਤੇ ਉਹ ਖੁਦ ਤਾਂ ਬਹੁਤ ਜਾਂਦੇ ਆ ਸਾਨੂੰ ਉਮੀਦ ਹੈ ਕਿ ਅਗਲੀ ਵਾਰੀ ਜੇ ਮਾਰਚ ਅਪ੍ਰੈਲ ਜਾਣਗੇ ਸਾਨੂੰ ਵੀ ਨਾਲ ਲੈ ਕੇ ਜਾਣਗੇ ਸਾਨੂੰ ਆਪ ਜਾਣਾ ਪੈਣਾ ਫਿਰ ਮੈਂ ਬਹੁਤ ਗੱਲਾਂ ਬਲਬੀਰ ਸਿੰਘ ਜੀ ਸੁਣੀਆਂ ਹੋਈ ਨੇ ਇੱਕ ਕਪੂਰ ਫੈਮਿਲੀ ਆ ਮੇਰੇ ਬਹੁਤ ਜ਼ਿਆਦਾ ਨੇੜੇ ਹੈਗੀ ਆ ਦਿੱਲੀ ਦੇ ਨੇ ਉਹਨਾਂ ਦਾ ਤਕਰੀਬਨ ਕਪੂਰ ਸਾਹਿਬ ਜਿਹੜੇ ਉਹ ਮੇਰਾ ਖਿਆਲ ਉਹ ਦੁਨੀਆਂ ਤੇ ਅਜੇ ਨਹੀਂ ਰਹੇ ਉਹਨਾਂ ਦੇ ਸਾਰੇ ਹੀ ਮਤਲਬ ਸਾਰੇ ਰਿਸ਼ਤੇਦਾਰ ਵੀ ਉਹ ਪਾਕਿਸਤਾਨ ਤੋਂ ਆਏ ਸੀਗੇ ਉਹ ਇੰਨੀਆਂ ਗੱਲਾਂ ਮੈਨੂੰ ਦੱਸਿਆ ਕਰਦੇ ਸੀਗੇ ਵੀ ਜੇ ਆਪਾਂ ਹੁਣ ਸ਼ੁਰੂ ਕਰੀਏ ਨਾ ਤਾਂ ਮਤਲਬ ਅੰਤ ਹੀ ਨਹੀਂ ਹੋਣਾ ਇੰਨਾ ਪਿਆਰ ਸਾਡੇ ਫਾਦਰ ਸਾਹਿਬ ਕਿਹੜੀ ਗਲੀ ਜਿਹੜੀ ਕਹਿੰਦੇ ਮੇਰੇ ਪੈਰਾਂ ਚ ਨਹੀਂ ਲੰਘੀ ਉਹਨਾਂ ਨੇ ਉਹੀ ਪੁਰਾਣੀਆਂ ਗੱਲਾਂ ਕੁਲਫੀਆਂ ਦੀਆਂ ਉਹ ਲੱਛੇ ਵਾਲੀ ਕੁਲਫੀ ਜਲੇਬੀਆਂ ਲੱਡੂ ਕਿੱਥੇ ਵਧੀਆ ਬਣਦੇ ਸੀ ਅਨਾਰਕਲੀ ਵਿੱਚ ਭਲਵਾਨਾ ਦੀ ਦੁਕਾਨ ਤੇ ਲੱਸੀ ਪੀਂਦੇ ਸੀ ਮੈਂ ਜਿੰਨੇ ਵੀ ਸੱਜਣ ਆਉਂਦੇ ਉਹਨਾਂ ਨੂੰ ਵਾਰ ਵਾਰ ਕਹਿੰਦਾ ਵੀ ਮੈਂ ਭਲਵਾਨਾ ਦੀ ਦੁਕਾਨ ਤੇ ਲੱਸੀ ਪੀਣੀ ਆ ਮੇਰੇ ਫਾਦਰ ਸਾਹਿਬ ਦੀ ਤਮੰਨਾ ਵਿੱਚ ਹੀ ਰਹਿ ਗਈ ਕਿਉਂਕਿ ਉਹ 2002 ਭਲਵਾਨਾ ਦੀ ਦੁਕਾਨ ਦਾ ਮੈਨੂੰ ਸੀਨ ਯਾਦ ਆ ਗਿਆ ਇਸ ਤਰ੍ਹਾਂ ਦਾ ਬਣਾਇਆ ਹੋਇਆ ਹੁੰਦਾ ਸੀਗਾ ਮਤਲਬ ਘੜਾ ਨੁਮਾ ਜਿਹਾ ਮਤਲਬ ਇੱਕ ਚੀਜ਼ ਤੇ ਉਹਦੇ ਮੋਟੀ ਸਾਰੀ ਉਹਦੇ ਚ ਮਧਾਣੀ ਤੇ ਵਾਕਈ ਭਲਵਾਨ ਬੈਠਾ ਹੁੰਦਾ ਸੀ ਪੀੜ੍ਹੀ ਦੇ ਉੱਤੇ ਬਿਲਕੁਲ ਤੇ ਹੁਣ ਐਂ ਕਰਕੇ ਇੱਧਰ ਉੱਧਰ ਜੇ ਬਸ ਉਹ ਕਰੇ ਜਾਣੇ ਜਿਹੜੇ ਸਾਫੇ ਜਿਹੇ ਹੁੰਦੇ ਸੀ ਰੈਕ ਜਿਹਨੂੰ ਕਹਿੰਦੇ ਆਪਾਂ ਤੇ ਉਹਦੇ ਵਿੱਚ ਪਾ ਕੇ ਤੇ ਬਸ 2-4 ਮਿੰਟ ਹੀ ਐਂ ਕਰਦਾ ਸੀ ਔਰ ਕਿਆ ਬਾਤ ਆ ਜਿਹੜੀ ਲੱਸੀ ਉਹ ਬਣਦੀ ਸੀ ਔਰ ਮੈਨੂੰ ਹੁਣੇ ਪਤਾ ਲੱਗਾ ਜਾਣੀ ਉੱਥੇ ਸੱਜਣਾ ਤੋਂ ਫੋਨ ਤੋਂ ਜਦੋਂ ਮੈਂ ਪਿਛਲੀ ਵਾਰੀ ਪ੍ਰੋਗਰਾਮ 'ਚ ਗਿਆ ਸੀ ਉਹ ਕਹਿੰਦੇ ਵੀ ਉਹ ਜਿਹੜੀ ਅਨਾਰਕਲੀ ਬਾਜ਼ਾਰ ਸੀ ਨਾ ਉਹ ਗਵਾਰ ਮੰਡੀ 'ਚ ਆ ਗਿਆ ਅੱਛਾ ਉਹ ਭਲਵਾਨ ਉੱਥੇ ਹੀ ਬੈਠਦੇ ਆ ਪੀੜ੍ਹੀ ਲਾ ਨਾ ਉਹ ਉੱਥੇ ਹੀ ਬੈਠਦੇ ਆ ਮੈਂ ਦਿੱਲੀ ਵੀ ਦੇਖੇ ਤੇ ਕਿਸੇ ਨੇ ਉਹਨਾਂ ਨੂੰ ਸਨੇਹਾ ਨਹੀਂ ਦਿੱਤਾ ਸੀ ਮੇਰੇ ਬਾਰੇ ਚਾਂਦਨੀ ਚੌਂਕ ਦੇ ਵਿੱਚ ਇੱਦਾਂ ਦੀ ਹੈਗੀ ਇੱਕ ਦੁਕਾਨ ਬਿਲਕੁਲ ਉਸ ਤਰ੍ਹਾਂ ਹੀ ਬੈਠਦੇ ਨੇ ਉਹੀ ਸਟਾਈਲ ਹੈ ਦਰਅਸਲ ਦਿੱਲੀ ਤੇ ਲਾਹੌਰ ਆਪਸ ਵਿੱਚ ਨੇੜੇ ਬਹੁਤ ਸੀ ਦਰਅਸਲ ਪੰਜਾਬ ਜਿਹੜਾ ਨਾ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਹੀ ਸੀਗਾ ਸਾਰਾ ਪੰਜਾਬ ਉੱਧਰ ਸਾਰਾ ਪੰਜਾਬ ਇੱਧਰ ਸਾਡੇ ਭਾਵੇਂ ਪੰਜਾਬ ਦੇ ਟੁੱਟੇ ਹੋਏ ਆ ਪਰ ਉੱਧਰਲਾ ਪੰਜਾਬ ਹਜੇ ਵੀ ਉਨੇ ਜ਼ਿਲ੍ਹਿਆਂ ਦਾ ਹੀ ਆ ਉਡਾ ਹੀ ਆ ਪੂਰੇ ਦਾ ਪੂਰਾ ਸਾਡੇ ਤਿੰਨਾਂ ਸਟੇਟਾਂ 'ਚ ਨਹੀਂ ਹਾਂਜੀ ਹਾਂਜੀ ਬਿਲਕੁਲ ਪਰ ਇਹ ਇੱਕ ਗੱਲ ਜਿਹੜੀ ਅਸੀਂ ਵਾਰ ਵਾਰ ਮੈਂ ਦੁਹਰਾਉਣਾ ਚਾਹੁੰਦਾ ਕਿ ਤੁਸੀਂ ਇੱਕ ਵਾਰੀ ਚਾਹੋ ਜ਼ਰੂਰ ਇਸ ਗੱਲੋਂ ਨਾ ਘਬਰਾਓ ਤੁਹਾਨੂੰ ਹੋਰ ਕਿਸੇ ਦੇਸ਼ ਦਾ ਵੀਜ਼ਾ ਤੁਸੀਂ ਪਾਏ ਭਾਵੇਂ ਅਮਰੀਕਾ ਦਾ ਵੀਜ਼ਾ ਲਓ ਭਾਵੇਂ ਕੈਨੇਡਾ ਦਾ ਉਹ ਵੀਜ਼ੇ ਦੇਖ ਕੇ ਨਹੀਂ ਕਹਿੰਦੇ ਤੁਸੀਂ ਇੱਥੇ ਕਿਉਂ ਗਏ ਹਾਂ ਕਿਉਂ ਗਏ ਸੀ ਉਹ ਜ਼ਰੂਰ ਜ਼ਰੂਰ
ਤੁਸੀਂ ਕੋਈ ਉੱਥੇ ਗਲਤ ਕੰਮ ਨਹੀਂ ਕਰਨ ਜਾਣਾ, ਆਪਣੇ ਲੋਕਾਂ ਨੂੰ ਮਿਲਣ ਜਾਣਾ, ਲੋਕ ਹੱਥੀ ਛਾਵੀ ਛਾਂ ਕਰਦੇ ਤੁਹਾਨੂੰ, ਆਪਣੇ ਪਿੰਡਾਂ ਚ ਜਾਓ, ਗੁਰੂ ਘਰਾਂ ਚ ਘੁੰਮੋ, ਬਾਕੀ ਤੁਸੀਂ ਮੰਦਰ ਦੇਖਣੇ ਮੰਦਰਾਂ ਚ ਦੇਖੋ, ਮੰਦਰਾਂ ਲੋਕਾਂ ਨੂੰ ਜ਼ਰੂਰ ਮਿਲੋ। ਜਿਹੜਾ ਕਰਤਾਰਪੁਰ ਸਾਹਿਬ ਦਾ ਲੰਘ ਹੈ ਨਾ, ਉਹ ਇੱਕ ਸਪੈਸ਼ਲ ਚੀਜ਼ ਬਣਾਈ ਹੋਈ ਹੈ, ਅਸੀਂ ਉੱਥੇ ਜਾ ਕੇ ਉੱਥੇ ਵਾਪਸ ਆਉਣਾ, ਉਹਦੇ ਲਈ ਇਸੇ ਕਰਕੇ ਵੀਜ਼ੇ। ਪਰ ਜੇ ਅੰਦਰ ਤੁਸੀਂ ਜਾਣਾ ਤਾਂ ਫਿਰ ਤੁਸੀਂ ਵੀਜ਼ਾ ਦੇਣ ਦੇ ਲਈ ਉਹਨਾਂ ਨੂੰ ਕੋਈ ਸੰਕੋਚ ਨਹੀਂ ਹੈ ਪਾਕਿਸਤਾਨ ਅੰਬੈਸੀ ਵੱਲੋਂ, ਉਹ ਸਾਨੂੰ ਪੂਰਾ ਵਿਸ਼ਵਾਸ ਵੀ ਦੇ ਕੇ ਗਏ ਹੈਗੇ ਆ ਵੀ ਜਿਹੜਾ ਕੋਈ ਜੈਨੂਅਨ ਬੰਦਾ ਹੈ ਉਸ ਨੂੰ ਉਹਨਾਂ ਨੂੰ ਵੀਜ਼ਾ ਦੇਣ ਦਾ ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਸਮੱਸਿਆ। ਮੈਂ ਤਾਂ ਇਹ ਕਹੂੰਗਾ ਵੀ ਕਿਸੇ ਸੱਜਣ ਮਿੱਤਰ ਨੂੰ ਆਪਣੇ ਸਾਡੇ ਨਾਸਰ ਢਿੱਲੋ ਸਾਹਿਬ ਦਾ, ਹਾਂਜੀ ਜਿਹੜੇ ਪੰਜਾਬੀ ਲਹਿਰ ਵਾਲੇ ਨੇ, ਹਾਂਜੀ ਕੋਈ ਨਹੀਂ, ਜੇ ਸਾਨੂੰ ਕੋਈ ਕਿਸੇ ਨੂੰ ਚਾਹੀਦਾ ਹੋਊਗਾ ਅਸੀਂ ਦਵਾਂਗੇ ਨੰਬਰ, ਜਾਂ ਰਮੇਸ਼ ਸਿੰਘ ਖਾਲਸਾ ਉਹਨਾਂ ਦਾ ਨੰਬਰ ਚਾਹੀਦਾ ਹੋਵੇ, ਹਾਂਜੀ ਅਸੀਂ ਸਿੱਧੇ ਨੰਬਰ ਤੁਹਾਨੂੰ ਉਹਨਾਂ ਦੇ ਦੇ ਦਿਆਂਗੇ। ਇੱਕ ਚੀਜ਼ ਹੋਰ ਮੈਂ ਦੱਸਾਂ ਕਿ ਕੱਲ ਪਰਸੋਂ ਤੋਂ ਇੱਕ ਪ੍ਰੋਗਰਾਮ ਪਾਕਿਸਤਾਨ 'ਚ ਸ਼ੁਰੂ ਹੋਇਆ ਸਤਿ ਸ੍ਰੀ ਅਕਾਲ, ਹਾਂਜੀ ਮੈਂ ਉਹਦੇ ਬਾਰੇ ਬਹੁਤ ਜ਼ਿਕਰ ਕਰਨਾ ਚਾਹੁੰਦਾ ਜੀ ਇਸ ਵੀਡੀਓ ਦੇ ਵਿੱਚ। ਅੱਛਾ, ਉਹ ਪਾਕਿਸਤਾਨ ਦੀ ਸਰਕਾਰ ਨੇ ਭੁਪਿੰਦਰ ਸਿੰਘ ਲਵਲੀ ਹੋਣਾ ਨੂੰ ਲਾਇਆ, ਅੱਛਾ, ਕਿ ਤੁਸੀਂ ਇਹਦੇ ਹੋਸਟ ਆ ਜੀ ਜੀ। ਉਹਨਾਂ ਨੇ ਦੋ ਪ੍ਰੋਗਰਾਮ ਆਲਰੇਡੀ ਟੈਲੀਵਿਜ਼ਨ ਤੇ ਦਿੱਤੇ ਆ ਜਿਹੜੇ ਕਿ ਪਾਕਿਸਤਾਨ ਦੇ ਮੁਸਲਮਾਨ ਭਰਾਵਾਂ ਦੇ ਲਈ, ਉਹ ਦੱਸਣਾ ਸ਼ੁਰੂ ਕੀਤਾ ਕਿ ਸਿੱਖਾਂ ਦੇ ਜਿਹੜੇ ਗੁਰਦੁਆਰੇ ਨੇ ਹੈ ਕੀ ਨੇ, ਹਾਂ ਕੀ ਕਿੱਦਾਂ ਬਣੇ, ਕਿਸ ਤਰ੍ਹਾਂ ਸਾਡਾ ਗੁਰੂ ਸਾਹਿਬਾਨ ਨੇ ਬਣਾਇਆ। ਪਹਿਲੇ ਦੋ ਪ੍ਰੋਗਰਾਮ ਉਹਨਾਂ ਦੇ ਆਲਰੇਡੀ ਉੱਥੇ ਨਸ਼ਰ ਹੋ ਗਏ, ਨਸ਼ਰ ਹੋ ਗਏ ਆ ਗਏ ਆ, ਠੀਕ ਹੈ। ਤੇ ਉਹਨਾਂ ਦੇ ਵਿੱਚੋਂ ਮੈਂ ਕੱਲ ਰਾਤੀ ਇੱਕ ਪ੍ਰੋਗਰਾਮ ਦੇਖਣ ਦਿਆ ਸੀ, ਮੈਂ ਵੀ ਦੇਖੂੰਗਾ, ਮੈਂ ਦੇਖਿਆ, ਬੜਾ ਹੀ ਵਧੀਆ ਪ੍ਰੋਗਰਾਮ ਭੁਪਿੰਦਰ ਸਿੰਘ ਲਵਲੀ ਹੋਣੀ ਦਿਖਾਇਆ। ਸਾਡੇ ਸੱਜਣ ਮਿੱਤਰ ਜਿਹੜੇ ਹਜੇ ਨਹੀਂ ਪੰਜਾਬੀ ਲਹਿਰ ਦੇਖਦੇ ਉਹ ਵੀ ਦੇਖਣ, ਅਸੀਂ ਪ੍ਰਦੇਸ਼ ਟਾਈਮ ਵੱਲੋਂ ਉਹਨਾਂ ਦੀ ਤਾਈ ਇਸ ਲਈ ਕਰ ਰਹੇ ਕਿ ਉਹਨਾਂ ਨੇ ਸਾਨੂੰ ਇਹ ਸ਼ੌਕ ਪੈਦਾ ਕਰਾਇਆ ਕਿ ਅਸੀਂ ਵੀ ਪੰਜਾਬੀ ਬੋਲੀ ਤੇ ਕੁਝ ਨਾ ਕੁਝ ਚਵਾਟਲੇ ਲੈ ਕੇ ਹਾਜ਼ਰ ਹੁੰਦੇ ਰਹੀਏ। ਹਾਂਜੀ, ਮੈਨੂੰ ਉਮੀਦ ਹੈ ਪੰਜਾਬੀ ਬੋਲੀ ਤੇ ਪੰਜਾਬੀਆਂ ਲਈ, ਬਿਲਕੁਲ ਹਾਂਜੀ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਬਸ ਇਹਨਾਂ ਹਲਕੀਆਂ ਫੁਲਕੀਆਂ ਗੱਲਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਆਉਣਾ ਚਾਹੁੰਦੇ ਸੀ। ਹਾਂਜੀ, ਕੱਲ ਪਰਸੋਂ ਅਸੀਂ ਫੇਰ ਦੋ ਤਿੰਨ ਚੰਗੇ ਚੰਗੇ ਪ੍ਰੋਗਰਾਮ, ਹਾਂ ਨਹੀਂ ਅਗਲੇ ਪ੍ਰੋਗਰਾਮ ਚ ਆਪਾਂ ਮੁੱਦਾ ਲੈ ਕੇ ਆਵਾਂਗੇ ਤੇ ਮੁੱਦੇ ਜਿਹੜੇ ਤੁਹਾਡੇ ਕੋਲ ਵੱਡੇ ਕਿਤਾਬਾਂ ਜਿਹੜੀਆਂ ਭਰੀਆਂ ਤੁਸੀਂ, ਉਹ ਆਪਾਂ ਲੈ ਕੇ ਆਵਾਂਗੇ, ਠੀਕ ਹੈ ਜੀ। ਤੇ ਸਾਡੇ ਸੱਜਣ ਮਿੱਤਰ ਵੇਖਦੇ ਰਹਿਣਗੇ। ਹਾਂਜੀ, ਇੱਥੇ ਹੀ ਦਿਓ ਮੈਨੂੰ ਇਜਾਜ਼ਤ, ਠੀਕ ਹੈ ਜੀ। ਅਗਲੇ ਪ੍ਰੋਗਰਾਮ ਤੱਕ ਸੱਜਣ ਮਿੱਤਰ ਜੀਂਦੇ ਵਾਸਤੇ ਰਹੋ ਤੇ ਪ੍ਰੋਗਰਾਮ ਪ੍ਰਦੇਸ਼ ਟਾਈਮ ਜਿਹੜਾ ਸ਼ੋਅ ਹੈ ਉਹ ਵੇਖਦੇ ਰਹੋ। ਜੇ ਸਾਡੀ ਕੋਈ ਘਾਟ ਵੱਧ ਹੈ ਉਹ ਸਾਨੂੰ ਦੱਸੋ, ਸਾਨੂੰ ਤੁਸੀਂ ਈਮੇਲ ਕਰ ਸਕਦੇ ਹੋ info@pradeshtime.com ਤੇ, ਸਾਨੂੰ ਫੋਨ ਕਰ ਸਕਦੇ ਹੋ, ਸਾਡੇ ਫੋਨ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ, ਤੇ ਪਰਮਪਾਲ ਸਿੰਘ ਹੁਣੇ ਵੀ ਤੁਹਾਨੂੰ ਫਤਿਹ ਬੁਲਾਉਣਗੇ। ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਹਾਂਜੀ, ਮੇਰੇ ਵੱਲੋਂ ਵੀ ਪ੍ਰੋਗਰਾਮ ਦੇ ਅੰਤ ਦੇ ਵਿੱਚ ਸਾਰਿਆਂ ਨੂੰ ਨਮਸਕਾਰ, ਰੱਬ ਰਾਖਾ। ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਅਜੀਜ਼ ਪਰਮਪਾਲ ਸਿੰਘ, ਤੁਸੀਂ ਦੇਖ ਰਹੇ ਹੋ ਪ੍ਰਦੇਸ਼ ਟਾਈਮਸ। ਇਸ ਨੂੰ ਤੁਸੀਂ ਆਪ ਵੀ ਸਬਸਕ੍ਰਾਈਬ ਕਰੋ ਤੇ ਆਪਣੇ ਦੋਸਤਾਂ, ਮਿੱਤਰਾਂ ਨੂੰ, ਰਿਸ਼ਤੇਦਾਰਾਂ ਨੂੰ, ਉਹਨਾਂ ਨੂੰ ਵੀ ਕਹੋ ਕਿ ਸਬਸਕ੍ਰਾਈਬ ਕਰਨ। ਸਤਿ ਸ੍ਰੀ ਅਕਾਲ ਜੀ।